ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ। ਤਿਉਹਾਰਾਂ ਦੇ ਦਿਨ ਤੇ ਕਿਸੇ ਵੀ ਮਠਿਆਈ ਦੀ ਦੁਕਾਨ ਤੇ ਚੈਕਿੰਗ ਨਹੀਂ ਕੀਤੀ ਜਾ ਰਹੀ। ਗੰਦੀ ਤੇ ਖਰਾਬ ਮਠਿਆਈ ਖਾ ਕੇ ਜਦੋਂ ਕੋਈ ਬਿਮਾਰੀ ਦਾ ਸ਼ਿਕਾਰ ਹੋਵੇਗਾ ਤਦ ਹੀ ਪ੍ਰਸ਼ਾਸਨ ਕੋਈ ਕਦਮ ਚੱਕੇਗੀ। ਜੇਕਰ ਇਹ ਕਦਮ ਪਹਿਲਾਂ ਹੀ ਚੁੱਕ ਲਏ ਜਾਣ ਤਾਂ ਕਿਉਂ ਕਿਸੇ ਦੀ ਜਾਨ ਨੂੰ ਨੁਕਸਾਨ ਹੋਵੇ। ਅਸੀਂ ਗੱਲ ਕਰਦੇ ਹਾਂ ਪਟਿਆਲੇ ਦੀ ਮਸ਼ਹੂਰ ਸਵੀਟ ਸ਼ਾਪ ਦੀ, ਗੋਪਾਲ ਸਵੀਟ ਸ਼ਾਪ, ਜਿਨ੍ਹਾਂ ਦਾ ਨਾਮ ਹੀ ਬਹੁਤ ਮਸ਼ਹੂਰ ਹੈ। ਇਹਨਾਂ ਵੱਲੋਂ ਫਸਟ ਕਲਾਸ ਮਠਿਆਈ ਬਣਾਈ ਜਾਂਦੀ ਹੈ। ਉੱਥੇ ਹੀ ਇਹਨਾਂ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਲੜਕਾ ਮਠਿਆਈ ਲੈ ਕੇ ਘਰ ਜਾਂਦਾ ਹੈ। ਘਰ ਜਾ ਕੇ ਪਤਾ ਲੱਗਦਾ ਹੈ ਕਿ ਮਠਿਆਈ ਖਰਾਬ ਹੈ। ਫਿਰ ਉਹ ਸ਼ਾਪ ਤੇ ਆ ਕੇ ਕਹਿੰਦਾ ਹੈ ਕਿ ਇਹ ਮਠਿਆਈ ਖਰਾਬ ਤੇ ਖੱਟੀ ਹੈ, ਪਰ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਬੰਗਾਲੀ ਮਠਿਆਈ ਹੈ, ਇਹ ਬਹੁਤ ਵਧੀਆ ਹੈ, ਪਰ ਲੜਕੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਖੱਟੀ ਤੇ ਖਰਾਬ ਹੈ। ਫਿਰ ਦੁਕਾਨ ਦੇ ਮਾਲਕ ਵੱਲੋਂ ਗਲਤੀ ਮੰਨ ਲਈ ਜਾਂਦੀ ਹੈ। ਉੱਥੇ ਇਹ ਪ੍ਰਸ਼ਾਸਨ ਦੀ ਬਹੁਤ ਹੀ ਵੱਡੀ ਲਾਪਰਵਾਹੀ ਹੈ। ਜੇਕਰ ਮੰਨਿਆ ਤੰਨਿਆ ਮਸ਼ਹੂਰ ਦੁਕਾਨਾਂ ਤੇ ਕੁਝ ਹੋ ਰਿਹਾ ਹੈ ਤਾਂ ਛੋਟੀਆਂ ਦੁਕਾਨਾਂ ਤੇ ਕੀ ਹੋ ਰਿਹਾ ਹੋਵੇਗਾ, ਤੁਸੀਂ ਖੁਦ ਹੀ ਹਿਸਾਬ ਲਾ ਲਓ। ਇਸ ਵਿੱਚ ਸਭ ਤੋਂ ਵੱਡੀ ਲਾਪਰਵਾਹੀ ਤੇ ਅਣਗਹਿਲੀ ਪ੍ਰਸ਼ਾਸਨ ਦੀ ਕਹੀ ਜਾ ਰਹੀ ਹੈ। ਤੁਸੀਂ ਮੰਨ ਰਹੇ ਹੋ ਖੱਟਾ, ਇਹ ਤੁਹਾਡਾ ਬੰਦਾ ਕਹਿੰਦਾ ਖਰਾਬ ਨਹੀਂ, ਕਹਿੰਦਾ ਬੰਗਾਲੀ ਮਠਿਆਈ ਹੈ, ਬੰਗਾਲੀ ਮਠਿਆਈ ਦਾ ਟੇਸਟ ਹੀ ਇਦਾਂ। ਭਾਜੀ ਤੁਸੀਂ ਪਾਗਲ ਬਣਾਓਗੇ ਨਾ, ਬਹੁਤ ਕੁਛ ਹੋ ਜਾਣਾ। ਨਹੀਂ ਬਣਾਓਗੇ, ਪਿਆਰ ਨਾਲ ਮੇਰੀ ਜਾਨ ਦੇ ਦੇਣਾ, ਪਿਆਰ ਨਾਲ ਨਹੀਂ ਸੋਏ। ਇਹ ਖੱਟਾ ਹੈ ਤਾਂ ਜਦੋਂ ਤੁਹਾਡੀ ਤੋਂ ਗਲਤੀ ਇੱਕ ਹੋਗੀ ਭਾਜੀ, ਤੁਸੀਂ ਉਹਨੂੰ ਗਲਤੀ ਮੰਨੋਗੇ ਭਾਜੀ, ਸਾਡੀ ਗਲਤੀ ਹੈ, ਸੋਰੀ। ਬੰਦਾ ਇੱਕ ਮਿੰਟ ਚ ਠੰਡਾ ਹੋਇਆ, ਤੁਸੀਂ ਉਲਟੋ ਬੰਦੇ ਨੂੰ ਕਹਿ ਰਹੇ ਕਿ ਨਹੀਂ ਭਾਜੀ ਇਹ ਤਾਂ ਕੱਲ ਦਾ ਡੱਬਾ। ਹਜੇ ਇਹ ਵੀ ਕਹਿ ਰਿਹਾ, ਕਹਿੰਦਾ ਕਸਟਮਰ ਕਹਿ ਹੀ ਨਹੀਂ ਰਿਹਾ ਕਿ ਖਰਾਬ ਹੈ, ਫਿਰ ਕਹਿ ਰਿਹਾ ਵੀਡੀਓ ਨਹੀਂ ਦਿਖਾ ਸਕਦੇ। ਭਾਜੀ ਬਿਜ਼ਨਸ ਕਰਦੇ ਆ ਨਾ, ਤਾਂ ਉਹਨੂੰ ਕਿਸੇ ਦੇ ਲੋਕਾਂ ਨਾਲ ਖਿਲਵਾੜ ਨਾ ਕਰੋ, ਠੀਕ ਹੈ। ਮੈਂ ਨਹੀਂ ਕਿਤੇ ਗਿਆ ਕਿਤੇ ਬਿਜ਼ਨਸ ਕਰਦਾ ਕੋਈ ਨਾ ਕੋਈ, ਤੁਸੀਂ ਗਲਤੀ ਹੋ ਗਈ, ਕਿਸੇ ਦੇ ਵੀਰ ਦੀ ਗਲਤੀ ਹੋ ਗਈ, ਕਸਟਮਰ ਆਏ ਨੇ, ਕਸਟਮਰ ਦੇ ਸਾਹਮਣੇ ਕੀ ਗੱਲ ਕਰੀ। ਭਾਜੀ ਗੱਲ ਇਹ ਨੀ, ਗੱਲ ਕਹਿੰਦਾ ਇਹਦਾ ਟੇਸਟ ਹੀ ਇਦਾਂ ਦਾ। ਸਰ ਸਮੈਲ ਦੇਖਿਆ, ਦੇਖੋ ਮੈਨੇਜਰ ਮੰਨ ਰਹੇ ਨੇ ਕਿ